ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂਦ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਵੀ ਗੂਗਲ ਦੇ ਉੱਪਰ ਵੀ ਜੇ ਸਰਚ ਕਰੀਏ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਬਲਵਿੰਦਰ ਸਿੰਘ ਜਟਾਣਾ ਐਸਵਾਈਐਲ ਸਿੱਧੂ ਮੂਸੇਵਾਲ ਸਰਚ ਕੀਤਾ ਜਾ ਰਿਹਾ ਹੈ ਪਰ ਅੱਜ ਮੈਂ ਬਲਵਿੰਦਰ ਸਿੰਘ ਜਟਾਣਾ ਦੇ ਨਿੱਜੀ ਘਰ ਦੇ ਵਿੱਚਾਂ ਜੱਦੀ ਘਰ ਦੇ ਵਿੱਚਾਂ ਇਸ ਘਰ ਦੇ ਵਿੱਚ ਅੱਜ ਮੈਂ ਖੁੱਲਾ ਸਮਾਂ ਪਰਿਵਾਰ ਦੇ ਨਾਲ ਸਪੈਂਡ ਕੀਤਾ ਹੈ ਉਹਨਾਂ ਦੇ ਬਚਪਨ ਦੇ ਸ਼ੌਂਕ ਕਿਹੋ ਜਿਹੇ ਸਨ ਉਹਨਾਂ ਦੀ ਪੜ੍ਹਾਈ ਕਿੱਥੇ ਕਿੱਥੇ ਹੋਈ ਹੈ ਕਿਹੜਾ ਉਹਨਾਂ ਦਾ ਦਾਇਰਾ ਸੀ ਕਿਹੜੇ ਸੱਜਣ ਮਿੱਤਰ ਸਨ ਸਾਰਿਆਂ ਨੂੰ ਮਿਲਿਆ ਮਾਂ ਪਰ ਬਲਵਿੰਦਰ ਸਿੰਘ ਜਟਾਣੇ ਦੇ ਪਿੰਡ ਦੇ ਵਿੱਚ ਇੱਕ ਸ਼ਖਸ ਮੈਨੂੰ ਮਿਲਦਾ ਜਿਸ ਦਾ ਨਾਮ ਸਰਦਾਰ ਬਲਬੀਰ ਸਿੰਘ ਹੈ ਇਹ ਉਹ ਸ਼ਖਸ ਹੈ ਜਿਸ ਸ਼ਖਸ ਨੇ ਆਪਣੇ ਹੱਥੀ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਸੰਸਕਾਰ ਕੀਤਾ ਅੰਤਮ ਕਿਰਿਆਵਾਂ ਜਿਹੜੀਆਂ ਨੇ ਉਹ ਸਾਰੀਆਂ ਆਪਣੇ ਹੱਥੀ ਨਿਭਾਈਆਂ ਨੇ ਕਿਉਂ ਕਿਉਂਕਿ ਜਿਸ ਵੇਲੇ ਪਰਿਵਾਰ ਨੂੰ ਰਾਤ ਵੇਲੇ ਆਕੇ ਜਾਂ ਤੜਕਸਰ ਮਾਰ ਦਿੱਤਾ ਜਾਂਦਾ ਹੈ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਅੰਦਰੇ ਹੀ ਬਿਸਤਰੇ ਸੁੱਟ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਵੀ ਮੱਚ ਵੀ ਜਾਂਦੀ ਉਹ ਇੱਥੇ ਹੀ ਅੱਧ ਸੜੀਆਂ ਲਾਸ਼ਾਂ ਉਸ ਵੇਲੇ ਪਰਿਵਾਰ ਦਾ ਕੋਈ ਜੀ ਨਹੀਂ ਹੈ ਕਿਉਂਕਿ ਬਲਵਿੰਦਰ ਸਿੰਘ ਜਟਾਣਾ ਖਾੜਕੂ ਸਫਾ ਦੇ ਅੰਦਰ ਵਿਚਰਦੇ ਪਏ ਨੇ ਜੇ ਗੱਲ ਕਰਾਂ ਤੇ ਬਲਵਿੰਦਰ ਸਿੰਘ ਜਟਾਣੇ ਦੇ ਬਾਕੀ ਰਿਸ਼ਤੇਦਾਰਾਂ ਦੇ ਤੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਬੰਦ ਕੀਤਾ ਹੋਇਆ ਹੈ ਉਸ ਸਮੇਂ ਪੂਰੇ ਪਿੰਡ ਦੇ ਜਿੱਥੇ ਸਾਥ ਦਿੱਤਾ ਇੱਕ ਐਸਾ ਸ਼ਖਸ ਜਿਸ ਦਾ ਨਾਮ ਹੈ ਸਰਦਾਰ ਬਲਵੀਰ ਸਿੰਘ ਜਿਸ ਨੇ ਆਪਣੇ ਹੱਥੀ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਸੰਸਕਾਰ ਕੀਤਾ ਉਹ ਗਲਤ ਕਰਦੇ ਆ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੀਏ ਬਿਰਜੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਜੀ ਜੇ ਗੱਲ ਕਰੀਏ ਜਟਾਣੇ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ ਹਾਂਜੀ ਤੁਹਾਡੇ ਭਰਾ ਦੇ ਨਾਲ ਬਲਵਿੰਦਰ ਸਿੰਘ ਜਟਾਣਾ ਪੱਗਵਟ ਭਰਾ ਬਣੇ ਸਨ ਬਿਲਕੁਲ ਪ੍ਰੇਮ ਪਿਆਰ ਮੁਹੱਬਤਾਂ ਸਿਖਰ ਤੱਕ ਛੋਈਆਂ ਬਿਲਕੁਲ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਜਿਸ ਵੇਲੇ ਖਤਮ ਕਰ ਦਿੱਤਾ ਗਿਆ ਹਾਂਜੀ ਤੇ ਤੁਸੀਂ ਉਹਨਾਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਹੈ ਹਾਂਜੀ ਮੈਂ ਚਾਹਾਂਗਾ ਪੂਰਾ ਦ੍ਰਿਸ਼ ਬਿਆਨ ਕਰੋ ਵੀ ਉਹ ਕੀ ਹੋਇਆ ਕਦੋਂ ਪੁਲਿਸ ਆਈ ਉਸ ਤੋਂ ਪਹਿਲਾਂ ਕੀ ਟੌਰਚਰ ਕੀਤਾ ਗਿਆ ਉਹ ਪੂਰਾ ਵੇਰਵਾ ਸਾਨੂੰ ਦੱਸੋ ਕੋ ਜੀ ਬੇਨਤੀ ਹੈ ਤਾਂ ਵੀ ਜਦੋਂ ਇੱਕ ਦਿਨ ਪਹਿਲਾਂ ਸ੍ਰੀ ਸੈਣੀਵਰ ਬਾਹਰ ਹੋਇਆ ਮੈਂ ਚੰਡੀਗੜ੍ਹ ਅੱਛਾ ਮੈਂ ਨੂੰ ਰਾਤੇ ਚ ਪਤਾ ਲੱਗਾ ਮੈਂ ਰੋਪੜ ਤੋਂ ਆ ਰਿਹਾ ਸੀਗਾ ਮੈਨੂੰ ਰਸਤੇ ਚ ਪਤਾ ਲੱਗਿਆ ਵੀ ਸੈਣੀ ਸਾਹਿਬ ਦੇ ਨੱਪਰ ਹਮਲਾ ਹੋ ਗਿਆ ਮੈਂ ਘਰ ਕੱਪੜੇ ਖੋਲ ਕੇ ਸਾਡਾ ਤਕਰੀਬ ਫਰਕ ਪੈਂਦਾ 2 250 ਫੁੱਟ ਦਾ ਘਰ ਦਾ ਇੱਕ ਦੋ ਜੀ ਬਲਵਿੰਦਰ ਸਿੰਘ ਜਿਹਦੇ ਘਰ ਤੋਂ ਤੁਹਾਡੇ ਸਾਡੇ ਘਰ ਦਾ ਬਹੁਤ ਫਰਕ ਆ ਹੂੰ ਉਹੋ ਜਦ ਮੈਂ ਘਰ ਕੱਪੜੇ ਖੋਲੇ ਕੱਪੜੇ ਖੋਲ ਕੇ ਮੈਂ ਇੱਥੇ ਆਇਆ ਇੱਥੇ ਮੇਰਾ ਇੰਨਾ ਪਿਆਰ ਸੀਗਾ ਨਾ ਪਰਿਵਾਰ ਨਾਲ ਮੈਂ ਇੱਥੇ ਬਲਵਿੰਦਰ ਜੀ ਚਾਚੀ ਮਾਸੀ ਵੀ ਲੱਗਦੀ ਐ ਮੈਂ ਵੀ ਚਾਚੀ ਕਹਿੰਦਾ ਸੀ ਮਾਂ ਚਾਚੀ ਵੀ ਇਦਾਂ ਦਾ ਕਰਕੇ ਆ ਵਾਕਾ ਹੋ ਗਿਆ ਅੱਜ ਫੋਰਸ ਆਉਣੀ ਆ ਇਹ ਗੱਲ ਕਹਿਤੀ ਸੀ ਤੁਸੀਂ ਮੈਂ ਕਲੀਅਰ ਕਰਤੀ ਮਾਂ ਫੋਰਸ ਆਉਣੀ ਆ ਵੀ ਐਂ ਕਰ ਵੀ ਹੁਣ ਤੂੰ ਐਂ ਕਰ ਵੀ ਭੈਣ ਕੁੜੀ ਨੂੰ ਤੇ ਮੁੰਡੇ ਨੂੰ ਮੈਂ ਲੈ ਜਾਂਦਾ ਆਪਣੇ ਕੋਲ ਆਪਦੇ ਕਰੇ ਆਪਣੇ ਘਰ ਲੈ ਆ ਨਾ ਤੈਨੂੰ ਥੋੜਾ ਇੱਥੇ ਜ਼ਿਆਦਾ ਉਹ ਆ ਉਹ ਕਹਿੰਦੀ ਵੀ ਤੇਰੇ ਘਰ ਕਿਹੜਾ ਕੋਈ ਹੋਰ ਆ ਕਿ ਭਰਾ ਹੋਣ ਦੇ ਨਾਤੇ ਮੇਰਾ ਭਰਾ ਵੀ ਇਹ ਲੈਨ ਜੀ ਸੀਗਾ ਮੇਰੇ ਕੋਲ ਵੀ ਫੋਰਸ ਬਹੁਤ ਜ਼ਿਆਦਾ ਹੁੰਦੀ ਸੀਗੀ ਬਹੁਤ ਜ਼ਿਆਦਾ ਮੇਰੇ ਕੋਲ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਦੇ ਕਰਕੇ ਕਿ ਇੰਦਰਜੀਤ ਸਿੰਘ ਵੀ ਉਦੋਂ ਛੀਦ ਹੋ ਗਿਆ ਸੀਗਾ ਉਹ ਇੰਦਰਜੀਤ ਸਿੰਘ ਸਭ ਤੋਂ ਪਹਿਲਾਂ ਇੰਦਰਜੀਤ ਰੋਪੜ ਦਾ ਸਭ ਤੋਂ ਪਹਿਲਾ ਸੀਦ ਇੰਦਰਜੀਤ ਸਿੰਘ ਆ ਖੜਕੂ ਮੂਵਮੈਂਟ ਦਾ ਖੜਕੂ ਮਿੰਡ ਦਾ 84 ਤੋਂ ਉਹ ਮਿਲਿਆ ਹੋਇਆ ਸੀਗਾ ਇਹ ਬਲਵਿੰਦਰ ਸਿੰਘ 86 ਤੋਂ ਚੱਲਿਆ ਉਹ 84 ਤੋਂ ਪਹਿਲਾਂ 84 ਚਮਗੌਰ ਸਾਹਿਬ ਤੋਂ ਫੜਿਆ ਗਿਆ ਸੀਗਾ ਜਾਂ ਅੰਬਰ ਸਾਹਿਬ ਇਹ ਹੋਇਆ 1.5 ਸਾਲ ਸਜ਼ਾ ਕੱਟੀ ਉਹਨਾਂ ਨੇ 1.5 ਸਾਲ ਬਾਅਦ ਫੇਰ ਉਹ ਘਰ ਆਇਆ ਘਰ ਖੇਤੀ ਵੀ ਕਰਦਾ ਰਿਹਾ ਮੂਵਮੈਂਟ ਵਿੱਚ ਥੋੜਾ ਬਹੁਤ ਚੱਲਦੇ ਰਹੇ ਆ ਅੱਛਾ ਉਸ ਤੋਂ ਬਾਅਦ ਤੁਸੀਂ ਪਰਿਵਾਰ ਨੂੰ ਆ ਕੇ ਦੱਸਿਆ ਮੈਂ ਪਰਿਵਾਰ ਦੇ ਵਿੱਚ ਬੈਠੇ ਮੈਂ ਆ ਕੇ ਮਾਸੀ ਨੂੰ ਦੱਸਿਆ ਕਿ ਮੈਂ ਚਾਚੀ ਐਦਾਂ ਕਰੇ ਆਹ ਗੱਲ ਹੋ ਗਈ ਵੀ ਇਹਨਾਂ ਨੂੰ ਮੈਂ ਲੈ ਜੰਨਾ ਉਹ ਕਹਿੰਦੀ ਨਹੀਂ ਉਹ ਨਾਲੇ ਮੈਨੂੰ ਹਸਣ ਲੱਗ ਗਈ ਉਹ ਬਹੁਤ ਹਸਮੁਖਤੀ ਬਹੁਤ ਜ਼ਿਆਦਾ ਕਹਿੰਦੀ ਤਾਂ ਕੀ ਹੋ ਗਿਆ ਕਹਿੰਦੀ ਲਿਜਾਉਂਗੇ ਮੈਨੂੰ ਲਿਜਾਉਂਗੇ ਐਨ ਹੱਸ ਕੇ ਕਹਾਂ ਮੈਨੂੰ ਕਹਿੰਦੀ ਲਿਜਾਉਂਗੇ ਮੈਨੂੰ ਲਿਜਾਉਂਗੇ ਤੇਰੇ ਚਾਚੇਰਾ ਕੋਲ ਲੈ ਜੂਂਗੇ ਮੈਨੂੰ ਤਾਂ ਕੀ ਹੋ ਗਿਆ ਐਨ ਬਿਲਕੁਲ ਕਲੀਅਰ ਗੱਲ ਹੋਈ ਐ ਮੇਰੀ ਐਨ ਅਮੋ ਸਾਹਮਣੇ ਮੈਂ ਚੱਲ ਤੇਰੀ ਮਰਜ਼ੀ ਫਿਰ ਫਿਰ ਪਿਛਲੇ ਪਾਸੇ ਇੱਕ ਕੁਪ ਬੰਨਿਆ ਹੋਇਆ ਸੀ ਟੂੜੀ ਦਾ ਉਹ ਮੈਂ ਟੱਕਦੀ ਬਹੁਤ ਨੰਗਾ ਉੱਪਰ ਤੇ ਬੱਦਲ ਬਹੁਤ ਚੜਿਆ ਹੋਇਆ ਮੈਂ ਚਾਰ ਪੰਜ ਬੰਦੇ ਇਕੱਠੇ ਕਰਕੇ ਉਹ ਟਿਕਾਇਆ ਟਗਾ ਕੇ ਮੈਂ ਮੈਂ ਘਰੋਂ ਚਲੇਗਾ ਦਿਨ ਛਿਪ ਕੇ ਹਨੇਰਾ ਹੋ ਗਿਆ ਸੀਗਾ ਘਰੋਂ ਚਲੇਗਾ ਘਰ ਜਾ ਕੇ ਫਿਰ ਸਾਡੇ ਪਿੰਡ ਦਾ ਇੱਕ ਬੰਦਾ ਹੋਰ ਆਇਆ ਉਹ ਮੁੰਡੇ ਨੂੰ ਲੈ ਗਿਆ ਜਿਹੜੇ ਅੱਛਾ ਇਹਨਾਂ ਦੇ ਪਰਮਾਰ ਦੇ ਜਿਹੜਾ ਛੋਟਾ ਭਰਾ ਸੀਗਾ ਚਾਚੇ ਦਾ ਮੁੰਡਾ ਹਰਪ੍ਰੀਤ ਉਹਨੂੰ ਲੈ ਗਿਆ ਉਹ ਲੈ ਗਿਆ ਤੇ ਘਰ ਦੇ ਵਿੱਚ ਪਹਿਲਾਂ 5 ਜੀ ਸੀ ਪਹਿਲਾਂ 5 ਸੀਗੇ ਫਿਰ 4 ਰਹਿ ਗਏ ਫਿਰ 4 ਰਹਿ ਗਏ 4 ਰਹਿ ਗਏ ਜਿਹੜੇ 4 ਰਹਿ ਗਏ ਉਹ ਚਾਰੇ ਚਾਰੇ ਮਾਰੇ ਗਏ ਰਾਤ ਨੂੰ ਆਈਆ ਫੋਰਸ ਤਕਰੀਬਨ 2:3 ਦੇ ਦਰਮਿਆਨ 2:3 ਦੇ ਦਰਮਿਆਨ ਆਈਆ ਉ ਆਈ ਤੇ ਬਾਬਾ ਜੀ ਨਹਾ ਰਹੇ ਸੀਗੇ ਬਾਬਾ ਜੀ ਦੇ ਇੰਦਰ ਤੋਂ ਪਿੰਡ ਦੇ ਬੜੀ ਸਾਰੇ ਉਹ ਕਹਿੰਦੇ ਦੋ ਗੱਡੀਆਂ ਆਈਆਂ ਦੋ ਗੱਡੀਆਂ ਚੋਂ ਕਹਿੰਦਾ ਚਿੱਟੇ ਕੱਪੜਿਆਂ ਸੂਰਸੀਗੇ ਸਾਬਦੇ ਇੱਕ ਦੋ ਨੀਲੇ ਕੱਪੜਿਆਂ ਸੀਗੇ ਉਹ ਨਾਉਂਦੇ ਨਾਉਂਦੇ ਇਹ ਇੱਥੇ ਅੰਦਰ ਆ ਗਏ ਉਹ ਆਪਣਾ ਗੁਰਦੁਆਰਾ ਚਲੇਗਾ ਬਾਬਾ ਜੀ ਮੇਲ ਜਾਨੀ ਕਿ ਆਮ ਨਾਉਂਦੇ ਨਾਉਂਦੇ ਉਹ ਦੂਰ ਤੇ ਦੇਖੇ ਆ ਇੱਕ ਇੱਕ ਗੱਲ ਮੈਂ ਰੋਕਦਾ ਮੈਂ ਤੁਹਾਡੀ ਕਿਸੇ ਨੇ ਤੇ ਸ਼ਨਾਖਤ ਕੀਤੀ ਹੋਵੇਗੀ ਹੁਣ ਆ ਪਰਿਵਾਰ ਅੱਜ ਮੈਂ ਇਸ ਘਰ ਦੇ ਵਿੱਚ ਆਇਆ ਮੈਂ ਇਹ ਬਲਵਿੰਦਰ ਸਿੰਘ ਜਟਾਣੇ ਦਾ ਕਰ ਹੈ ਮੈਂ ਇੱਥੇ ਲੰਗਰ ਪ੍ਰਸ਼ਾਦ ਦਾ ਛਕਿਆ ਮੈਂ ਚਾਹ ਪਣੀ ਪੀਤਾ ਮੈਂ ਪਰਿਵਾਰ ਚ ਖੁੱਲ ਕੇ ਵਿਚਰਿਆ ਮਾਂ ਹਾਂਜੀ ਪਿੰਡ ਦੇ ਅੰਦਰਲੇ ਪਾਸੇ ਘਰ ਆ ਤੇ ਮੈਨੂੰ ਬਾਹਰੋਂ ਪੁੱਛਣਾ ਪਿਆ ਲੱਭਦਾ ਲਪਾਉਂਦਾ ਮੈਂ ਘਰ ਦੇ ਵਿੱਚ ਆਇਆ ਮਾਂ ਠੀਕ ਹਾਂਜੀ ਸਵਾਲ ਪੈਦਾ ਹੋ ਗਿਆ ਵੀ ਜਿਹੜਾ ਰਾਤ ਨੂੰ ਆ ਰਿਹਾ ਜਾਂ ਤੜਕੇ ਆ ਰਿਹਾ ਕੋਈ ਤੇ شناخت ਕਰਵਾਉਂਦਾ ਹੋਊਗਾ ਨਾਲ ਨਹੀਂ ਪਤਾ ਕੀ ਗੱਲ ਹੈ ਇਹ ਗੱਲ ਠੀਕ ਆ ਤੁਹਾਡੀ ਤੁਹਾਡੀ ਗੱਲ ਬਿਲਕੁਲ ਸਹੀ ਯਾਰ ਇੱਕ ਦਿਨ ਪਹਿਲਾਂ ਸੀਆਈਡੀ ਵਾਲੇ ਚੈੱਕ ਕਰਕੇ ਗਏ ਆ ਦੋ ਬੰਦੇ ਆਏ ਆ ਬੰਦੇ ਚੈੱਕ ਕਰਕੇ ਗਏ ਆ ਸਭ ਕੁਝ ਦੇਖ ਕੇ ਗਏ ਆ ਕਲੀਅਰ ਐਨ ਕਿੱਧਰ ਤੇ ਆਉਣਾ ਕੀ ਕਰਨਾ ਅਸੀਂ ਤਾਂ ਇਹੀ ਭਾਲਦੇ ਵੀ ਉਹ ਬੰਦਿਆਂ ਨੇ ਉਹ ਪੂਰੇ ਨਾਲੇ ਬੰਦੇ ਆਏ ਆ ਉਹ ਹੂੰ ਉਹ ਆ ਕੇ ਪੂਰੀ ਜਣ ਕੇ ਇੱਕ ਦਿਨ ਪਹਿਲਾਂ ਪੂਰੀ ਰਸਤਾ ਦੇ ਕੇ ਸੇੜੇ ਲੈ ਕੇ ਕਿੱਧਰ ਤੇ ਕਰਨਾ ਕਿੱਧਰ ਸਭ ਕੁਝ ਉਹ ਕਰ ਗਏ ਉਹਨਾਂ ਨੇ ਸਿੱਧੇ ਆਏ ਸਿੱਧੇ ਆ ਕੇ ਰਾਤ ਨੂੰ ਜ ਤੜਕੇ ਨੂੰ ਆਏ ਆ ਉਹ ਹੂੰ ਹੋ ਗਏ ਸੀਗੇ ਤੜਕੇ ਤੜਕੇ ਨੂੰ ਆ ਕੇ ਉਧਰ ਭਾਈ ਜੀ ਪਾਠੀ ਲੱਗ ਗਿਆ ਸਪੀਕਰ ਚੱਲ ਪਿਆ ਉਧਰ ਇਹਨਾਂ ਨੇ ਆਪਣਾ ਕੰਮ ਕਰਤਾ ਇੱਥੇ ਗੋਲੀਆਂ ਚੱਲੀਆਂ ਗੋਲੀਆਂ ਜਿੰਨੇ ਲਾਗਦੇ ਗੌਂਡੀ ਇੱਕ ਮਾਈ ਨਿਕਲੀ ਆ ਬਾਹਰ ਅੱਛਾ ਗਵਾਂਢ ਦੇ ਵਿੱਚੋਂ ਗਵਾਂਢ ਚੋਂ ਮਾਈ ਨਿਕਲੀ ਆ ਉਹ ਮਾਈ ਨੂੰ ਪੁਲਿਸ ਵਾਲਿਆਂ ਨੇ ਕਿਹਾ ਜਣੀ ਜਿਹੜੇ ਸਿਵਲ ਕੱਪੜੇ ਚ ਉਹ ਕਹਿੰਦਾ ਮਾਈ ਅੰਦਰ ਵਰ ਜਾ ਨਹੀਂ ਤੈਨੂੰ ਵੀ ਗੱਲੇ ਭੁੱਲ ਦੇਣਾ ਇਹ ਮਾਈ ਦਾ ਹਾਂਜੀ ਇਹਦਾ ਮਤਲਬ ਕਿ ਉਹਨਾਂ ਨੂੰ ਇੰਨਾ ਕੋ ਕਲੀਅਰ ਸੀ ਵੀ ਇਹ ਮਾਈ ਇਸ ਪਰਿਵਾਰ ਦੀ ਨਹੀਂ ਹੈ ਹਾਂਜੀ ਇਥੋਂ ਦਾ ਪਤਾ ਸੀ ਵੀ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਕਿਹੜਾ ਹੈ ਦਾ ਮਤਲਬ ਬਲਵਿੰਦਰ ਸਿੰਘ ਜਟਾਣਾ ਤੇ ਉਹਦਾ ਪਰਿਵਾਰ ਟਾਰਗੇਟ ਹੋ ਰਿਹਾ ਹੈ ਕਰ ਰਿਹਾ ਹਾਂ ਸਹੀ ਕਲੀਅਰ ਗੱਲ ਹੈ ਜੀ ਅੱਛਾ ਮਾਤਾ ਨੂੰ ਅੰਦਰ ਵੜਤਾ ਉਹਨੂੰ ਮਾਤਾ ਨੂੰ ਅੰਦਰ ਵੜਤਾ ਉਹ ਜਦੇ ਜਦ ਉਹ ਅੰਦਰ ਵੜ ਗਈ ਇਹਨਾਂ ਨੇ ਆਪਣਾ ਕੰਮ ਕਰਿਆ ਅੱਗ ਲਾਈ ਅੱਗ ਲਾ ਕੇ ਨਾਲ ਕਾਰਖਾਨਾ ਸੀਗਾ ਜਿੱਥੇ ਲੱਕੜ ਦਾ ਕੰਮ ਕਰਦੇ ਸੀਗੇ ਹਾਂ ਉੱਥੇ ਵੀ ਕੁਛ ਨਹੀਂ ਸੀਗਾ ਸਿਰਫ ਲੱਕੜ ਤੂੜੀ ਟਾੜੀ ਪਈ ਸੀ ਉਹਨੂੰ ਵੀ ਅੱਗ ਲਾ ਕੇ ਗਏ ਆ ਫਿਰ ਉ ਤੋਂ ਬਾਅਦ ਮੇਰੇ ਕੋ ਬਾਬਾ ਜੀ ਪਾਠ ਕਰਦੋ ਬਾਅਦ ਤਕਰੀਬਨ ਅੱਧੇ ਘੰਟੇ ਬਾਅਦ ਮੇਰੇ ਕੋ ਬਾਬਾ ਜੀ ਗਏ ਆ ਅੱਛਾ ਬਾਬਾ ਜੀ ਤੁਹਾਡੇ ਕੋਲ ਚਲੇ ਗਏ ਮੇਰੇ ਘਰ ਗਏ ਆ ਜੀ ਮੇਰਾ ਸਬੰਧ ਬਹੁਤ ਸੀਗਾ ਮੇਰਾ ਸਬੰਧ ਤਾਂ ਇੰਨਾ ਦਾ ਘਰ ਸਾਡਾ ਦੋਹਾਂ ਦਾ ਏ ਸੀਗਾ ਭਾਵੇਂ ਘਰ ਦੂਰ ਸੀਗਾ ਸਾਡਾ ਇੰਨਾ ਸਬੰਧ ਸੀਗਾ ਵੀ ਹਰ ਇੱਕ ਨੂੰ ਪਤਾ ਵੀ ਇਹਨੂੰ ਪਤਾ ਇਹਨੂੰ ਪਤਾ ਪਰ ਜਦੋਂ ਉਹ ਦ ਚੱਲੀਆਂ ਪਤਾ ਤਾਂ ਪਿੰਡ ਨੂੰ ਲੱਗ ਗਿਆ ਹੁਣ ਪੂਰੇ ਨੂੰ ਜਦੋਂ ਪਿੰਡ ਨੂੰ ਪਤਾ ਲੱਗਿਆ ਭਾਪ ਕਿਸੇ ਨੇ ਕੋਈ ਨਹੀਂ ਬੋਲਿਆ ਬੋਲਿਆ ਕੋਈ ਨਹੀਂ ਬਾਬਾ ਜੀ ਨੇ ਮੈਨੂੰ ਜਾ ਕੇ ਕਿਹਾ ਫਿਰ ਬਾਬਾ ਜੀ ਕਹਿੰਦਾ ਯਾਰ ਬਲਵੀਰ ਸਿੰਘ ਬਾਹਰ ਤੋਂ ਹਾਕ ਮਾਰੀ ਹੁਣ ਆ ਮੈਂ ਸਮਾਂ ਮੈਂ ਉਦੋਂ ਕਿਹਾ ਮਾਂ ਬਾਬਾ ਜੀ ਆਜੋ ਅੰਦਰ ਨੂੰ ਆਜੋ ਕਹਿੰਦਾ ਨਹੀਂ ਤੂੰ ਬਾਹਰੇ ਆ ਜਾ ਮੈਂ ਘਰ ਤੋਂ ਬਾਹਰ ਨਿਕਲਿਆ ਬਾਹਰ ਨਿਕਲ ਜਾ ਰੇ ਬਾਬਾ ਜੀ ਕਹਿੰਦਾ ਯਾਰ ਬਲਵਿੰਦਰ ਦਾ ਪਰਿਵਾਰ ਆਈ ਲਾ ਜੀਗਾ ਸਾਰੇ ਮਾਰਤਾ ਹੁੰਦੇ ਹੋਏ ਹੋਏ ਮੈਨੂੰ ਵੀ ਮਨ ਚੋ ਹੋ ਗਿਆ ਬਾਸ ਜਦ ਅਸੀਂ ਦੋਹੇ ਮੈਰ ਤੇ ਬਾਬਾ ਜੀ ਘਰ ਤੋਂ ਚੱਲੇ ਰਸਤੇ 'ਚ ਬੰਦੇ ਮਿਲਦੇ ਰਹੇ ਤਕਰੀਬਨ ਅਸੀਂ 10 12 ਬੰਦੇ ਹੋ ਗਏ ਘਰ ਪਹੁੰਚਦੇ ਤੱਕ ਕਿ ਗੇੜ ਸਾਨੂੰ ਖਾਸਾ ਪੈਂਦਾ ਘੁੰਮਣ ਨੂੰ ਅਸੀਂ ਆਏ ਆ ਕੇ ਲਾਸ਼ਾਂ ਦੇਖੀਆਂ ਜਦ ਲਾਸ਼ਾਂ ਦੇਖੀਆਂ ਮਾਸੀ ਦਰਵਾਜ਼ੇ ਬਿਲਕੁਲ ਸਾਹਮਣੇ ਪਈ ਸੀ ਬਿਲਕੁਲ ਬਿਲਕੁਲ ਸਾਹਮਣੇ ਮਾਸੀ ਐ ਲੱਗਦੀ ਜਿਹ ਕਹਣਾ ਉਹਨਾਂ ਨੇ ਮੁਕਾਬਲਾ ਕਰਿਆ ਹੁੰਦਾ ਕਿ ਆਹਾ ਉਹ ਪਈ ਸੀਗੀ ਬਿਲਕੁਲ ਇਹੋ ਸੱਜੇ ਕਿਹੜੇ ਵਜੇ ਘਰ ਚ ਆ ਗਏ ਸੱਜੇ ਪਾਸੇ ਕਿੰਨੇ ਵਜੇ ਤੁਸੀਂ ਘਰ ਪਹੁੰਚ ਗਏ ਸੀ ਤਕਰੀਬਨ 6 ਵਜੇ 6 ਵਜੇ ਤੁਸੀਂ ਘਰ ਆ ਹਾਂ 6 5:30 6 6 ਵਜੇ 6:00 ਵਜੇ ਗਏ ਸੀਗੇ ਤਕਰੀਬਨ ਕੱਲਾ ਸੀ ਤੁਸੀਂ ਕਿ ਨਾਲ ਹੋਰ ਵੀ ਸੀ ਅਸੀਂ ਤਕਰੀਬਨ ਘਰ ਤੋਂ ਕੱਲਾ ਚਲੇ ਆ ਬਾਬਾ ਜੀ ਗ੍ਰੰਥੀ ਨੇ ਮੈਨੂੰ ਦੱਸਿਆ ਜਾ ਕੇ ਬਾਬਾ ਜੀ ਗ੍ਰੰਥੀ ਵੀ ਨਾਲ ਮੈਂ ਵੀ ਤੇ ਅਸੀਂ ਹੌਲੀ ਹੌਲੀ ਆਏ ਘੁੰਮਦੇ ਹੋਣੇ ਘੁੰਮਦੇ ਹੌਲੀ ਕੇ ਫਟਾਫਟ ਆਏ ਤੇ ਫਟਾਫਟ ਪਰ ਅਸੀਂ ਬੰਦੇ ਜਿਹੜੇ ਰਸਤੇ 'ਚ ਮਿਲ ਗਿਆ ਹਰ ਇੱਕ ਨੂੰ ਦੱਸੀ ਗਏ ਪਰ ਤਾਂ ਤਾਂ ਹੈ ਹੀ ਤਾਂ ਸਭ ਨੂੰ ਪਰ ਬੋਲਦਾ ਕੋਈ ਨਹੀਂ ਤਾਂ ਪਰ ਅਸੀਂ ਜਦ ਘਰ ਪਹੁੰਚੇ ਸੀ ਤੇ 10 ਜਾਂ 12 ਬੰਦੇ ਸੀਗੇ ਇੱਥੇ ਅੰਦਰ ਬੜੇ ਆ ਅੰਦਰ ਬੜ ਕੇ ਅਸੀਂ ਮਾਸੀ ਦੇਖੀ ਪਹਿਲੀ ਪਿੰਜੀ ਸਾਰੇ ਕੀ ਸਾਹਮਣੇ ਮਸੀਦ ਦਾ ਜੇ ਗੇਟ ਪੂਰੇ ਪਈ ਸੀ ਬਾਹਰ ਲੋਹੇ ਦਾ 게ਟ ਸੀਗਾ ਅੰਦਰ ਦਰਵਾਜੇ ਦਾ ਲੱਕੜ ਦਾ ਦਰਵਾਜ਼ੇ ਉਹਦੇ ਸਾਹਮਣੇ ਪਈ ਸੀਗੀ ਤੇ ਸੱਜੇ ਪਾਸੇ ਉਹਦੀ ਕੁੜੀ ਪਈ ਸੀਗੀ ਬਲਵਿੰਦਰ ਭੈਣ ਤੇ ਖੱਬੇ ਹੱਥ ਬੈੱਡ ਦੇ ਉੱਪਰ ਹਾਂ ਬਲਵਿੰਦਰ ਦੀ ਦਾਦੀ ਤੇ ਬਲਵਿੰਦਰ ਦਾ ਭਾਂਜਾ ਸੜ ਰਹੇ ਸੀਗੇ ਅਜਾ ਸੜ ਰਹੇ ਸੀ ਉਦੋਂ ਸੜ ਰਹੇ ਸੀ ਐਂ ਅਸੀਂ ਸੜਦੇ ਅਸੀਂ ਲੱਕੀ ਵੇਖਿਆ ਅੰਗ ਅਲੱਗ-ਅਲੱਗ ਭਾਣ ਜਿਹਦੇ ਅਲੱਗ-ਅਲੱਗ ਅੰਗ ਅਸੀਂ ਚੱਕੇ ਆ ਅਸੀਂ ਹੱਥੀ ਚੱਕੇ ਆ ਫਿਰ ਅਸੀਂ ਉਹ ਫਿਰ ਫੋਰਸ ਨੂੰ ਕਰੇ ਇਤਲਾ ਕਰੀ ਆ ਫੋਰਸ ਆਈ ਤਕਰੀਆਂ ਘੰਟੇ ਪੌਣੇ ਘੰਟੇ ਬਾਅਦ ਹੂੰ ਪ੍ਰੀਤਮ ਸਿੰਘ ਐਸ ਐਚਓ ਸੀਗਾ ਉਹ ਆਇਆ ਆ ਕੇ ਦੇਖਿਆ ਪਰ ਉਹ ਮੈਂ ਤੁਹਾਨੂੰ ਇੰਨਾ ਦਾਦਾ ਸਿਹਤ ਇੰਨਾ ਵਧੀਆ ਦੇਖਿਆ ਉਹ ਆ ਕੇ ਇੱਕ ਵਾਰ ਰੋਇਆ ਮੇਰੇ ਸਾਹਮਣੇ ਅੱਖਾਂ ਚ ਰੋਇਆ ਰੋ ਰੋਇਆ ਜੀ ਉਹ ਹੋਰ ਸੰਗਤ ਦੁਨੀਆ ਤਾਂ ਇੰਨੀ ਹੋ ਗਈ ਤੀ ਚਾਰ ਚੁਵਰੇ ਸਾਰੇ ਬੰਦ ਇਕੱਠਾ ਹੋ ਗਿਆ ਰੋ ਰਿਹਾ ਤਾਂ ਪਰ ਉਹ ਵੀ ਰੋਇਆ ਇੱਕ ਵਾਰ ਉਹ ਕਹਿੰਦਾ ਬਲਬੀਰ ਸਿੰਘ ਕੀ ਮੇਰੇ ਨਾਲ ਸੰਪਰਕ ਅਸੀਂ ਸਾਨੂੰ ਥਾਣੇ ਲੈ ਜਾਂਦੇ ਹੋ ਤੇ ਮੇਰੇ ਨਾਲ ਸੰਪਰਕ ਹੈ ਗਈ ਤਾਂ ਮੈਨੂੰ ਕਹਿੰਦਾ ਬਲਬੀਰ ਸਿੰਘ ਵੀ ਇਹ ਤਾਂ ਬਹੁਤ ਮਾੜਾ ਹੋਇਆ ਵੀ ਹੁਣ ਚਲੋ ਐ ਕਰੋ ਤੁਸੀਂ ਵੀ ਹੁਣ ਇੱਥੇ ਤੇ ਬਿੱਲਾ ਸ਼ਾਨੂੰ ਲੈ ਚਲੋ ਤੁਸੀਂ ਜੇ ਟਰਾਲੀ ਹੈਗੀ ਤਾਂ ਦੱਸੋ ਨਹੀਂ ਮੈਂ ਗੱਡੀ ਮੰਗਾਵਾ ਮੈਂ ਨਹੀਂ ਜੀ ਟਰਾਲੀਆਂ ਪਰ ਲੈ ਜਾਂਦੇ ਫਿਰ ਅਸੀਂ ਟਰਾਲੀ ਪਰ ਇੱਥੋਂ ਅਸੀਂ ਲੈ ਕੇ ਗਏ ਚਾਰੇ ਲਸਾਂ ਨੂੰ ਫਿਰ ਬਲਵੰਦਰ ਡੈਡੀ ਵੀ ਬੁਲਾ ਲਿਆ ਇਹਨਾਂ ਨੇ ਠਾਣੀ ਚੋਂ ਉਹ ਵੀ ਆ ਗਿਆ ਸੀਗਾ ਪੋਸਟਮਾਰਕ ਕਰੋ ਪੋਸਟਮਾਰਕ ਕਰਾਉਣ ਤੇ ਬਾਅਦ ਅਸੀਂ ਲਸਾਂ ਇੱਥੇ ਲੈ ਕੇ ਆਏ ਘਰ ਲੈ ਕੇ ਆਏ ਆ ਦਾਗ ਦਿੱਤੇ ਆ ਪਰ ਜਦ ਤੱਕ ਸਾਡੇ ਦਿਮਾਗ ਕਿਸੇ ਦਾ ਨਹੀਂ ਆਇਆ ਵੀ ਬਲਵਿੰਦਰ ਦੇ ਚਾਚੇ ਅਰ ਚਾਚੇ ਦੇ ਮੁੰਡੇ ਨੂੰ ਵੀ ਕਰ ਲਈਏ ਸਾਡਾ ਕਿਸੇ ਦਾ ਨਹੀਂ ਵੀ ਆਇਆ ਨਹੀਂ ਹੈਗਾ ਜਾਦੇ ਹਿਸਾਬ ਤੇ ਨਾ ਉਹਦੇ ਡੈਡੀ ਦਾ ਆਇਆ ਬਲਵਿੰਦਰ ਦਾ ਵੀ ਮੈਂ ਆਪਣੇ ਭਾਈ ਨੂੰ ਵੀ ਬੁਲਾ ਲਵਾਂ ਸਾਡੇ ਕਿਸੇ ਜਾਨੀ ਇੰਨਾ ਸਰੀਰ ਹੋ ਗਿਆ ਨਾ ਸਾਰੇ ਸੌਂ ਹੀ ਗਏ ਹਿੱਲ ਦੇਣਗੇ ਕਿਸੇ ਦਾ ਬੋਲਣੇ ਜੀ ਕੋਈ ਹੋ ਨਹੀਂ ਤਾਂ ਵੀ ਹੈ ਪਰਿਵਾਰੇ ਮਾਰਤਾ ਫੇਰ ਛੱਡੇ ਕੁਛ ਨਹੀਂ ਛੱਡੇ ਕੁਛ ਨਹੀਂ ਦਾਗ ਦਿੱਤੇ ਅਸੀਂ ਹੱਥੀਂ ਦਾਗ ਦਿੱਤੇ ਆ ਅੱਛਾ ਉਦੋਂ ਫਿਰ ਕਿੰਨਾ ਕੁ ਕੱਟ ਪਿੰਡ ਦੇ ਕੱਟ ਦਾ ਬਹੁਤ ਜ਼ਿਆਦਾ ਚਾਰਜ ਫਿਰ ਪਿੰਡਾਂ ਦੇ ਇਕੱਠੇ ਹੋ ਗਏ ਬਹੁਤ ਇਕੱਠ ਹੋ ਗਿਆ ਸੀ ਹੱਦ ਤੋਂ ਬਦ ਇਕੱਠ ਸੀ ਬਹੁਤ ਇਕੱਠ ਹੋ ਗਿਆ ਸੀ ਬਲਵਿੰਦਰ ਚਟਾਣਾ ਤੋ ਨਹੀਂ ਪਹੁੰਚ ਸਕਿਆ ਬਲਵਿੰਦਰ ਜਟਾਣੇ ਦੇ ਵਿਚਾਨੇ ਪਹੁੰਚਣੇ ਗਿਆ ਉਹਨਾਂ ਦਾ ਉਹ ਤਾਂ ਉਹੀ ਪੁਲਿਸ ਦਾ ਟੋਲਦੀ ਫਿਰਦੀ ਉਹਨਾਂ ਦਾ ਫੋਰਸ ਵੀ ਬਹੁਤ ਆਈ ਆ ਪਰ ਫੋਰਸ ਅੱਛਾ ਬਲਵਿੰਦਰ ਚਟਾਣੇ ਦੇ ਪਰਿਵਾਰ ਪਰਿਵਾਰ ਦੇ ਸਸਕਾਰ ਪਰਿਵਾਰ ਫੋਰਸ ਆ ਫੋਰਸ ਆਈ ਆ ਪਰ ਇੰਨੀ ਬਹੁਤ ਜ਼ਿਆਦਾ ਸੀਐਡੀ ਚ ਹੋਵੇ ਅਸੀਂ ਕਹਿ ਨਹੀਂ ਸਕਦੇ ਪਰ ਫੋਰਸ ਇੰਨੀ ਜ਼ਿਆਦਾ ਨਹੀਂ ਥੀ ਪਰ ਆਈਆ ਬਹੁਤ ਫੋਰਸ ਆਈਆ ਫਿਰ ਅਸੀਂ ਦਾਗ ਦੇਣ ਤੇ ਬਾਅਦ ਚਲੋ ਅਸੀਂ ਬਾਜ ਖੰਡ ਬਾੜ ਵੀ ਰੱਖਿਆ ਪਾਠ ਜਿੱਦਣ ਖੰਡ ਬਾੜ ਰੱਖਣਾ ਸੀਗਾ ਉਦਣੇ ਬਲਵਿੰਦਰ ਦੀ ਡੈਥ ਹੋਈਆ ਓਹ ਹੋ ਅਸੀਂ ਗੁਰਦੁਆਰੇ ਬੈਠੇ ਸੀਗੇ ਸਾਰੇ ਬੰਦੇ ਜਿੱਦਣ ਬਲਵਿੰਦਰ ਦੇ ਪਰਿਵਾਰ ਦਾ ਹਾਂਜੀ ਹਾਂ ਹਾਂ ਭੋਗ ਪਾਉਣਾ ਹੈ ਤੇ ਆਪਾਂ ਅਖੰਡ ਪਾਠ ਸੇ ਬਰੰਭ ਕਰਦੇ ਆ ਅਸੀਂ ਆ ਰੰਭ ਕਰਿਆ ਉਦਣ ਬਲਵਿੰਦਰ ਦੀ ਸ਼ੀਤੀ ਹੁੰਦੀ ਹੈ ਉਦਣ ਬਲਵਿੰਦਰ ਦੀ ਸੀਤੀ ਹੁੰਦੀ ਆ ਉੱਥੇ ਜਾ ਕੇ ਬਲਵਿੰਦਰ ਸਿੱਧੀ ਹੋਣ ਦੇ ਬਾਅਦ ਫੇਰ ਅਸੀਂ ਉੱਥੇ ਸਾਨੂੰ ਪਤਾ ਲੱਗਿਆ ਵੀ ਬਲਵਿੰਦਰ ਸਿੰਘ ਦਾ ਵੀ ਮਕਾਵਲਾ ਹੋ ਗਿਆ ਰਾਤ ਨੂੰ ਤਕਰੀਬਨ ਸਾਨੂੰ 7:30 8:00 ਕਵਜੇ ਦੀ ਗੱਲ ਆ ਇਹ ਗੁਰਦੁਆਰੇ ਚ ਪਤਾ ਲੱਗਿਆ ਆਮ ਟੀਵੀ ਦੀ ਖਬਰ ਚੱਲ ਪਈ ਲੋਕ ਟੀਵੀ 'ਚ ਦੇਖਦੇ ਰਹੇ ਆ ਟੀਵੀ 'ਚ ਦੇਖਦੇ ਫੇਰ ਬਹੁਤ ਜਨਕ ਸਵੇਰ ਨੂੰ ਤਾਂ ਅਸੀਂ ਜਾਣਾ ਸੀਗਾ ਗੱਡੀ ਮੰਗਾਈ ਹੋਈ ਸੀਗਾ ਟਰੱਕ ਦੂਆਦਨ ਵੀ ਸਿਰਵਾ ਵੇਡ ਜਾਣਾ ਸੀਗਾ ਹੂੰ ਇਹਦੇ ਚਾਚੇ ਦੇ ਮੁੰਡੇ ਚਾਚੇ ਨੂੰ ਲੈਣ ਉਹ ਗੱਡੀ ਮੰਗਾਈ ਉਹਦੀ ਗੱਡੀ ਮੰਗਾਈ ਜਦ ਅਸੀਂ ਆਹ ਕੰਮ ਹੋ ਗਿਆ ਉਹੀ ਗੱਡੀ ਲੈ ਕੇ ਅਸੀਂ ਸਦੰਦ ਗਏ ਆ ਫਿਰ ਅੱਛਾ ਜਿਹੜੀ ਗੱਡੀ ਤੋਂ ਬੰਦੇ ਥਾਣੇੋਂ ਲੈਣ ਜਾਣਾ ਸੀ ਉਸੇ ਗੱਡੀ ਤੇ ਮੜ ਕੇ ਡੈੱਡ ਬੋਡੀ ਲੈ ਕੇ ਬਵਿੰਦਰ ਨੂੰ ਲੈਣ ਗਏ ਆ ਅਸੀਂ ਉੱਥੇ ਜਾ ਕੇ ਅਸੀਂ ਉੱਥੇ ਥਾਣੇਦਾਰ ਬਹੁਤ ਮੈਨੂੰ ਕਹਿੰਦਾ ਮੈਨੂੰ ਖਾਂਦੂ ਕਹਿੰਦਾ ਰਿਹਾ ਥਾਣੇਦਾਰ ਕਹਿੰਦਾ ਦੋਹਾਂ ਦੀ ਪਛਾਣ ਕਰ ਲਾ ਕਿ ਉਹ ਮੈਨੂੰ ਥੋੜੇ ਫਸਾਉਣਾ ਚਾਹੁੰਦਾ ਸੀਗਾ ਵੀ ਚੰਨੇ ਦੀ ਵੀ ਇਹ ਕਲੀਅਰ ਕਰੇ ਵੀ ਹਾਂ ਚੰਨਾ ਹੈ ਵੀ ਇਹਨੂੰ ਸਾਰੇ ਬੰਦੇ ਪਤਾ ਕਿ ਮੈਂ ਕਲੀਅਰ ਕਰਦਾ ਤਾਂ ਵੀ ਮੈਂ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਇੱਕ ਬਲਵਿੰਦਰ ਨੂੰ ਜਾਣਦਾ ਮੈਂ ਹੋਰ ਨਹੀਂ ਮੈਂ ਕਿਸੇ ਨੂੰ ਜਾਣਦਾ ਉੱਥੇ ਉਹ ਕਹਿੰਦਾ ਵੀ ਨਹੀਂ ਤੂੰ ਕਲੀਅਰ ਕਰ ਦੇ ਵੀ 2000 ਲਾਸ਼ਾਂ ਲੈ ਜਾਓ ਤੁਸੀਂ ਮੈਂ ਨਹੀਂ ਇਹ ਕੰਮ ਗਲਤ ਆ ਮੈਂ ਜਿਹਨੂੰ ਜਾਣਦਾ ਮੈਂ ਉਹਨੂੰ ਲਿਜਾਣਾ ਬਸ ਮੈਂ ਜਾ ਕੇ ਮੇਰੇ ਪਛਾਣਕਰ ਕਿੱਥੇ ਪਈਆਂ ਸੀ ਉੱਥੇ ਹਸਪਤਾਲ ਦੇ ਵਿੱਚ ਅੱਛਾ ਹਸਪਤਾਲ ਹਸਪਤਾਲ ਦੀ ਬਾਡੀ ਕੜੇ ਪਈਆਂ ਸੀ ਗਿਆ ਮੈਨੂੰ ਜਾ ਕੇ ਦਿਖਾਈਆਂ ਦਿਖਾ ਕੇ ਮੈਨੂੰ ਬਲਵਿੰਦਰ ਦੇਖ ਕੇ ਮੈਂ ਮੈਂ ਠੀਕ ਆ ਜੀ ਬਲਵਿੰਦਰ ਸਾਡਾ ਅਸੀਂ ਲੈ ਕੇ ਜਾਵਾਂਗੇ ਵੀ ਤੁਸੀਂ ਪੋਸਟ ਮਾਰਕ ਕਰੋ ਬਾਅਦ ਚ ਪੋਸਟ ਮਾਰਕ ਕਰਦੇ ਕਰਦੇ ਉਹਨਾਂ ਦਾ ਬੰਦ ਕਰਤਾ ਵੀ ਬਲਵਿੰਦਰ ਦੇਣਾ ਨਹੀਂ ਕਿਉਂ ਸਾਨੂੰ ਜਵਾਬ ਦਿੱਤਾ ਵੀ ਨਹੀਂ ਜੀ ਉੱਪਰੋਂ ਆਰਡਰ ਆ ਵੀ ਬਲਵਿੰਦਰ ਦੇਣਾ ਨਹੀਂ ਉੱਥੇ ਟੌੜਾ ਸਾਹ ਆਇਆ ਫਿਰ ਟੌੜਾ ਸਾਹ ਨੇ ਫਿਰ ਉੱਥੇ ਕਾਲਜ ਦੇ ਮੁੰਡੇ ਇਕੱਠੇ ਕਰਕੇ ਟੌੜਾ ਸਾਹ ਨੇ ਜਾਮ ਲਾਇਆ ਉੱਥੇ ਫਿਰ ਤਾਂ ਸਾਨੂੰ ਲਾਸ਼ ਦਿੱਤੀ ਆ ਅਸਲੀ ਗੱਲ ਕਹਿੰਨ ਜੋ ਮਰਜੀ ਕਹੋ ਕਿ ਮੈਂ ਤਾਂ ਮੈਂ ਤਾਂ ਹੱਥੀ ਕਰ ਚੁੱਕਿਆ ਸਭ ਕੁਝ ਮੈਨੂੰ ਤਾਂ ਪਤਾ ਬੋਲ ਬੋਲਦਾ ਮੈਨੂੰ ਪਤਾ ਉੱਥੇ ਫਿਰ ਤੌੜਾ ਸਾਹਿਬ ਨੇ ਜਾਮ ਲਾਇਆ ਜਾਮ ਲਾਉਣ ਤੇ ਬਾਅਦ ਸਾਨੂੰ ਲਾਸ਼ ਦਿੱਤੀ ਆ ਫਿਰ ਛੱਲੀਆਂ ਵਾਲੇ ਪਹੁੰਚੇ ਛੱਲੀਆਂ ਵਾਲਿਆਂ ਨੇ ਦਿੱਤੀ ਆ ਸਾਨੂੰ ਵੀ ਦਿੱਤੀ ਛੱਲੀ ਵਾਲਿਆਂ ਨੇ ਜਾਂਦਿਆਂ ਨੇ ਦਾਗ ਦਿੱਤੇ ਅਸੀਂ ਅਸਤੇ ਲਾਸ਼ ਲੈਂਦੀ ਆ तकरीबन ਅਸੀਂ 4 ਵਜੇ ਇੱਥੇ ਪਹੁੰਚ ਗਏ ਸੀਗੇ ਅੱਛਾ 4 ਵਜੇ ਸ਼ਾਮ ਨੂੰ ਇੱਥੇ ਪਹੁੰਚ ਗਏ ਹਾਂ ਹਾਂਜੀ ਅਸੀਂ ਪਹੁੰਚ ਗਏ ਸੀ 5 ਤਰੀਕ ਦੀ ਗੱਲ ਹੈ ਕਿ 4 ਦੀ ਹੋਈ ਗੱਲ ਆ ਇਹ ਨਾ 4 ਤਰੀਕ ਦੀ 4 ਤਰੀਕ 4 ਤਰੀਕ ਦੀ 4 ਤਰੀਕ ਨੂੰ ਅਸੀਂ ਜਦ ਪਹੁੰਚੇ ਆ ਇੱਥੇ ਕਹਿੰਦੇ ਵੀ ਦਾਗ ਦਿਓ ਸਾਨੂੰ ਪੋਰਸਨ ਐਚਪੀ ਆ ਗਿਆ ਇਸ ਵਿੱਚ ਕਹਿੰਦਾ ਵੀ ਲਾਜ਼ਮੀ ਛੇਤੀ ਛੇਤੀ ਦਾਗ ਦਿਓ ਫੇਰ ਬਲਵਿੰਦਰ ਤੁਹਾਡੇ ਤੇ ਇਸ ਗੱਲ ਦਾ ਵੀ ਦਬਾਅ ਪਾ ਰਿਹਾ ਹੈ ਦਬਾਅ ਬਹੁਤ ਜ਼ਿਆਦਾ ਵੀ ਛੇਤੀ ਕਰੋ ਵੀ ਛੇਤੀ ਕਰੋ ਦਾਗ ਦਿਓ ਵੀ ਪਬਲਿਕ ਬਹੁਤ ਜ਼ਿਆਦਾ ਵੱਧ ਗਈ ਉੱਪਰੋਂ ਆਰਡਰ ਸਾਾਨੂੰ ਆ ਰਹੇ ਆ ਬਸ ਫੇਰ ਬਲਵਿੰਦਰ ਡੈਡੀ ਨੇ ਇਹ ਗੱਲ ਕਹੀ ਆ ਇੱਥੇ ਮੂਹਰੇ ਖੜ ਕੇ ਲਾਜੋ ਕਹਿੰਦਾ ਵੀ ਜਦ ਤੱਕ ਮੇਰਾ ਭਾਜ ਤੇ ਮੇਰਾ ਭਤੀਜਾ ਨਹੀਂ ਆਉਂਦਾ ਘਰ ਜਦ ਤੱਕ ਮੈਂ লাশ ਪਈ ਸੜ ਜੂਵੇ ਮੈਂ ਜਦ ਤੱਕ ਮੈਂ ਨਹੀਂ ਦਾਗਦਾ ਪਹਿਲਾ ਮੈਂ ਗਲਤੀ ਖਾ ਲਈ ਪਹਿਲਾ ਉਹਦਾ ਪਰਿਵਾਰ ਉਹਨਾਂ ਅੱਖਾਂ ਦੇਖਣ ਤੇ ਚਲੇ ਗਏ ਉਹ ਉਹ ਮੈਂ ਨਹੀਂ ਹੁਣ ਜਦ ਤੱਕ ਬਲਵਿੰਦਰ ਨੇ ਦਾ ਪਰਿਵਾਰ ਨਹੀਂ ਮੇਰਾ ਭਾਜ ਤੇ ਭਤੀਜਾ ਨਹੀਂ ਆਉਂਦਾ ਜਦ ਤੱਕ ਮੈਂ ਨਹੀਂ ਦਾਗਦੇ ਨੇ ਤੇ ਬਲਵਿੰਦਰ ਜਟਾਣੇ ਦੀ ਡੈਡ ਬੋਡੀ ਘਰ ਹੀ ਰੱਖੀ ਰੱਖੀ ਘਰੇ ਰੱਖੀ ਜੀ ਅਸੀਂ ਬਹੁਤ ਰਾਤ ਨੂੰ ਵੀ ਤਕਰੀਬਨ 10-11 ਵਜੇ ਤੱਕ ਸੰਗਤ ਆਉਂਦੀ ਰਹੀ ਦਰਸ਼ਨ ਕਰਦੇ ਰਹੇ ਅਸੀਂ ਆਪ ਖੋਦ ਲੈਨ 'ਚ ਖੜਕੇ ਘਟਾਉਂਦੇ ਰਹੇ ਅਸੀਂ ਸਵੇਰ ਨੂੰ ਤਾਂ ਇੰਨੀ ਸੰਗਤ ਵਧੀ ਸਾਨੂੰ ਨਹੀਂ ਪਤਾ ਸੰਗਤ ਨੇ ਕਿੱਥੋਂ ਰੋਟੀ ਖਾਧੀ ਕਿੱਥੋਂ ਚਾਹ ਪੀਤੀ ਐਨੀ ਸੰਗਤ ਹੀ ਇੱਥੇ ਤੇ ਦੇ ਲੋ ਵੀ ਕਿਲੋਮੀਟਰ ਇੱਕ ਪੈਂਦਾ ਸਾਡੇ ਸਿਵੇ ਹਾਂ ਉੱਥੇ ਤੱਕ ਐਂ ਦੇਖਦਾ ਬਿਲਕੁਲ ਜੰਗਲ ਦੇ ਲਾਗੇ ਹਾਂਜੀ ਹਾਂ ਪਰ ਇਹ ਨਹੀਂ ਦੱਸਦਾ ਵੀ ਕੋਈ ਜਗ੍ਹਾ ਵੀ ਹੈ ਖਾਲੀ ਫੁੱਲ ਜਾਂਦੇ ਵੀ ਆਉਂਦੇ ਵੀ ਬਹੁਤ ਜ਼ਿਆਦਾ ਹੱਦ ਹਰ ਇੱਕ ਦਾ ਰੋਣਾ ਸੀਗਾ ਹਰ ਇੱਕ ਦਾ ਰੋ ਰਿਆ ਸੀਗਾ ਇੱਕ ਰੋ ਬਲਵਿੰਦਰ ਪਰਵਾ ਨੂ ਰੋਂਦੇ ਬਲਵਿੰਦਰ ਰੋਂਦੇ ਸੀ ਅਸੀਂ ਬਹੁਤ ਜ਼ਿਆਦਾ ਉਹਨਾਂ ਕਰਿਆ ਫਿਰ ਉਹ ਤੇ ਬਾਅਦ ਸਾਨੂੰ ਦਾਗ ਦੇਣ ਤੇ ਬਾਅਦ ਫਿਰ ਨਾ ਅਸੀਂ ਜਦ ਇੱਥੇ ਲਿਆਂਦੀ ਫਿਰ ਰਾਤ ਨੂੰ ਨਾ ਇਹ ਜਦ ਅਸੀਂ ਲਾਸ਼ ਇੱਥੇ ਰੱਖ ਲਈ ਫਿਰ ਇਹ ਬਲਵਿੰਦਰ ਚਾਚੇ ਆ ਰੂ ਚਾਚੇ ਦੇ ਮੁੰਡੇ ਨੂੰ ਹਮ ਲੈ ਕੇ ਆਇਆ ਸੁਵਾ ਬੇੜ ਤੋਂ ਜਿਦੋਂ ਬੇੜਤੇ ਉੱਥੇ ਕਿਤੇ ਵੀ ਤੇ ਉੱਥੋਂ ਲੈ ਕੇ ਆਏ ਆ ਰਾਤ ਨੂੰ 10 ਵਜੇ ਫਿਰ ਸਾਡੇ ਕੋਲ ਆਏ ਆ ਫਿਰ ਤਾਂ ਦੂਆ ਦੇ ਅਸੀਂ ਦਾਗ ਦਿੱਤੇ ਆ ਦਾਗ ਤਾਂ ਇੰਨੀ ਹੋਤੀ ਪਵੇ ਇੰਨੀ ਸੰਗਤ ਤੇ ਤੁਸੀਂ ਗੱਲੇ ਛੱਡੋ ਮੈਂ ਤਾਂ ਅੱਜ ਤੱਕ ਵੀ ਮੈਂ ਨਹੀਂ ਦੇਖੀ ਜਿੰਨੇ ਕਦੇ ਵੀ ਕਿਸੇ ਵੀ ਬੜੇ ਦੇ ਬੜੇ ਲੀਡਰ ਦੇ ਸੰਗਤ ਨਹੀਂ ਦੇਖੀ ਜਿੰਨੇ ਬਲਵਿੰਦਰ ਦਾ ਟਾਈਮ ਸੀ ਇਹ ਤਾਂ ਮਤਲਬ ਬਲਵਿੰਦਰ ਜਟਾਣਾ ਲੋਕਾਂ ਦੇ ਦਿਲਾਂ 'ਚ ਵੱਸਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੱਦ ਤੋਂ ਬਾਹਰ ਇੰਨੀ ਸੰਗਤ ਸੀ ਮੈਂ ਕਹਿੰਦਾ ਵੀ ਤੁਸੀਂ ਇਹ ਦੇਖ ਲਓ ਵੀ ਫਿਰ ਉਤੋਂ ਬਾਅਦ ਦਾਗ ਦੇ ਕੇ ਘਰ ਆ ਗਏ ਘਰ ਆਉਣ ਤੋਂ ਬਾਅਦ ਅਸੀਂ 30 ਦਿਨ ਫਿਰ ਅਸੀਂ ਖੰਡਪਾੜ ਰਖਾਇਆ ਕਿ ਪਹਿਲਾਂ ਅਸੀਂ ਭੋਗ ਪਵਾਤਾ ਸੀਗਾ ਪਰਿਵਾਰ ਦਾ ਹਾਂ ਫਿਰ ਜਦ ਅਸੀਂ ਉਹਨਾਂ ਨਾਲ ਸਾਨੂੰ ਇਕੱਠ ਹੋਣ ਤੇ ਬੰਦ ਕਰਤਾ ਸੀਗਾ ਵੀ ਇਕੱਠ ਬਾਹਰ ਨਹੀਂ ਲਾਉਣਾ ਗੁਰਦੁਆਰੇ ਅੰਦਰ ਭੋਗ ਪਾਉਣਾ ਸੀ ਇਹ ਕਿਨੇ ਕਿਹਾ ਇਹ ਐਸਪੀ ਸਾਹਿਬ ਨੇ ਐਸਪੀ ਸਾਹਿਬ ਦਾ ਆਰਡਰ ਸੀਗਾ ਹਾਂ ਫਿਰ ਅਸੀਂ ਗੁਰਦੁਆਰੇ ਖੰਡਪਾੜ ਰਖਾਇਆ ਗੁਰਦੁਆਰੇ ਭੋਗ ਰਖਿਆ ਅਸੀਂ ਲੰਗਰ ਵੀ ਬਹੁਤ ਬਣਾਇਆ ਸੀ ਪਰ ਇਹਨਾਂ ਨਾਲ ਸੰਗਤ ਨਹੀਂ ਆਉਣ ਦਿੱਤੀ ਇਹਨਾਂ ਨਾਲ ਕੋਈ ਵੀ ਚਾਰ ਸਵੇਰੇ ਸਾਡਾ ਸੀਲ ਕਰਤਾ ਬਿਲਕੁਲ ਅਸੀਲ ਸੀਗਾ ਬਲਵਿੰਦਰ ਜਟਾਣੇ ਦੇ ਬਲਵਿੰਦਰ ਜਟਾਣੇ ਦੇ ਪਰਿਵਾਰ ਨੂੰ ਬਹੁਤ ਸੰਗਤ ਆਈ ਆ ਪਰ ਬਲਵਿੰਦਰ ਜਟਾਣੇ ਦੇ ਜਪ ਹੋਕ ਸੀਗਾ ਕੋਈ ਵੀ ਸੰਗਤ ਨਹੀਂ ਆਉਣ ਦਿੱਤੀ ਕੋਈ ਵੀ ਬੰਦਾ ਚਾਰ ਸਵੇਰੇ ਬਲਵਿੰਦਰ ਜਟਾਣੇ ਦੇ ਭੋਗ ਤੇ ਸੰਗਤ ਨਹੀਂ ਆਉਣ ਦਿੱਤੀ ਬਿਲਕੁਲ ਹੀ ਆਉਣ ਦਿੱਤੀ ਬਿਲਕੁਲ ਵੀ ਪੂਰਾ ਸੀਲ ਕਰਿਆ ਸੀਗਾ ਚਾਰ ਸਵੇਰੇ ਬਿਲਕੁਲ ਸੀਲ ਸੀਗਾ ਇੱਕ ਰਾਤ ਨੂੰ ਡੂੰ ਛੇੜੀ ਆ ਗਏ ਸੀਗੇ ਰਾਤ ਨੂੰ ਆਇਆ ਉਹ ਹਾਂ ਉਹ ਰਾਤ ਨੂੰ ਆ ਗਿਆ ਰਾਤ ਨੂੰ ਰੱਖਿਆ ਸੀ ਸਵੇਰ ਨੂੰ ਉਹ ਬੋਲਿਆ ਉਹਨਾਂ ਨੂੰ ਵੀ ਉਹ ਬਹੁਤ ਰੌਲਾ ਪਾਇਆ ਪੁਲਿਸ ਵਾਲਿਆਂ ਵੀ ਇਹ ਆਇਆ ਕਿੱਦਾਂ ਉਹ ਉਹ ਉਹਨਾਂ ਨਾਲ ਅਸੀਂ ਚਲੋ ਨਹੀਂ ਪਰ ਬਲਵਿੰਦਰ ਜਟਾਣੇ ਦੇ ਸਸਕਾਰ ਤੇ ਐਡਾ ਵੱਡਾ ਇਕੱਠ ਹੋ ਗਿਆ ਹਾਂਜੀ ਜੇ ਭੋਗ ਤੇ ਪੁਲਿਸ ਨਾ ਰੋਕਦੀ ਤੇ ਐਡਾ ਕੋ ਵੱਡਾ ਇਕੱਠ ਹੋ ਜਾਣਾ ਸੀ ਸੰਭਿਆ ਨਹੀਂ ਸੀ ਤੁਹਾਨੂੰ ਮੈਂ ਕਹਿੰਦਾ ਸੰਭੇ ਪਤਨੀ ਤਾਂ ਲੱਗਣ ਵੀ ਸੰਗਤ ਕਿੱਧਰ ਤੋਂ ਆਉਂਦੀ ਹੈ ਪਤਨੀ ਤਾਂ ਇੰਨਾ ਜਨ ਕੇ ਹੱਦ ਤੋਂ ਬਾਅਦ ਸੰਗਤ ਅਸੀਂ ਜਿੱਦਾਂ ਦਾਗਾ ਤੇ ਹੋਇਆ ਉਹਨਾਂ ਦਾ ਪ੍ਰੋਗਰਾਮ ਦਾਗਾ ਸੰਗਤ ਆਈਆ ਉਹਨਾਂ ਉਤੇ ਵੀ ਵੱਧ ਸਾਨੂੰ ਆਸਤੀ ਵੀ ਵੱਧ ਆਉਗੀ ਇਹ ਦੇਖੋ ਐਡੀ ਵੱਡੀ ਨਾਕੇਬੰਦੀ ਕਰਤੀ ਬਹੁਤ ਕਿਉਂ ਕੀਤੀ ਗਈ ਬੇ ਇੱਥੇ ਕੋਈ ਐਸੇ ਪ੍ਰਣਾਮਾ ਕੀਤੇ ਜਾਣ ਉਹ ਤਾਂ ਇਹੀ ਆ ਵੀ ਇਹਨਾਂ ਨੂੰ ਕੱਠ ਨਾ ਦੇ ਇੱਥੇ ਪਤਾ ਲੱਗੇ ਵੀ ਫੋਰਸ ਹੋਰ ਨਾ ਬੰਦਾ ਆਵੇ ਕੋਈ ਆਏ ਨਾ ਇਹ ਸਾਨੂੰ ਕਿਸੇ ਸਾਨੂੰ ਇਹ ਕਹਿੰਦੇ ਰਹੇ ਆ ਪੁਲਿਸਾ ਐਸਪੀ ਮੈਨੂੰ ਖੁਦ ਆ ਕੇ ਗਏਗੇ ਮੈਨੂੰ ਬੁਲਾਇਆ ਬਾਹਰ ਅੰਦਰ ਤੋਂ ਬੁਲਾਇਆ ਬਾਹਰ ਬੁਲਾਇਆ ਕਹਿੰਦਾ ਵੀ ਕਿਸੇ ਨੇ ਗਲਤ ਲਫਜ਼ ਨਹੀਂ ਬੋਲਣਾ ਥੋੜਾ ਬਲਾ ਬਲਾਰਾ ਬੋਲਣਾ ਜੇ ਕਿਸੇ ਨੂੰ ਧੰਨਵਾਦ ਕਿਸੇ ਨੂੰ ਕਰਨਾ ਵੀ ਕੋਈ ਕੁਝ ਵੀ ਬੋਲਣਾ ਛੇਰੇ ਉਹਨਾ ਪਰਿਵਾਰ ਬਾਰੇ ਕਰਨੀ ਆ ਗੱਲ ਫਾਲਤੂ ਗੱਲ ਨਹੀਂ ਕਰਨੀ ਗਲਤ ਨਹੀਂ ਗੱਲ ਕਹਿੰਦੇ ਕੋਈ ਵੀ ਇਹ ਕਹਿੰਦਾ ਐਸਪੀ ਕਹਿੰਦਾ ਰਿਹਾ ਐਸਪੀ ਖੁਦ ਮਨੂੰ ਆਪ ਖੁਦ ਕਹਿ ਗਿਆ ਚਾਦ ਦੇ ਟਾਈਮ ਇਹ ਹਾਲਾਤ ਰਹੇ ਆ ਇਹ ਹਾਲਾਤ ਰਹੇ ਆ ਜੀ ਬਹੁਤ ਇੰਨੇ ਕਹੇ ਕਿ ਬਲਵਿੰਦਰ ਸਿੰਘ ਜਟਾਣੇ ਦਾ ਹਾਂ ਜੀ ਤੁਸੀਂ ਸੰਸਕਾਰ ਹੱਥੀ ਕੀਤਾ ਬਿਲਕੁਲ ਗਲਤ ਨਹੀਂ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦਾ ਸੰਸਕਾਰ ਤੁਸੀਂ ਹੱਥੀ ਕੀਤਾ ਹਾਂ ਜੀ ਹਾਂ ਸਭ ਕੁਝ ਅੱਖਾਂ ਨਾਲ ਵੇਖਿਆ ਟੱਬਰ ਬਿਲਕੁਲ ਖਤਮ ਹੁੰਦਾ ਵੇਖਿਆ ਹਾਂ ਜੀ ਮੈਨੂੰ ਪਤਾ ਲੱਗਾ ਵੀ ਲੰਮਾ ਸਮਾਂ ਮੁਰਕ ਕੇ ਘਰ ਸੁਣ ਜਾਂ ਰਿਹਾ ਹਾਂ ਬਹੁਤ ਟਾਈਮ ਲੰਬਾ ਬਹੁਤ ਟਾਈਮ ਲੰਬਾ ਸੁਣਨੇ ਰਿਹਾ ਉਹ ਸੁਣਨਾ ਆਏ ਆ ਵੀ ਹਾਲਾਤ ਏਦਾਂ ਦੇ ਤੇ ਜੱਤਾਂ ਤੇ ਹਾਲਾਤ ਆ ਏਦਾਂ ਦੇ ਤੇ ਫੋਰਸ ਕਦੇ ਕਿਧਰ ਤੇ ਆ ਕੇ ਕਹਿੰਦੇ ਫਿਰ ਵੀ ਗੇੜੇ ਮਾਰਦੇ ਹੋ ਰਹੀ ਆ ਇਹ ਨਹੀਂ ਹੈਗਾ ਵੀ ਗੇੜੇ ਪੁਰਸ਼ਾ ਕਦੇ ਕਿਸੇ ਨੂੰ ਕਦੇ ਇਹ ਅਸਲੀ ਮੰਨੂ ਆਰੇ ਇਹਨਾਂ ਦੇ ਪਰਿਵਾਰ ਦੋਹੇ ਸਾਡੇ ਪਰਿਵਾਰਾਂ ਨੂੰ ਸਨ 2 ਤੋਂ ਸ਼ਾਂਤੀ ਮਿਲੀ ਆ ਅੱਛਾ 2000 ਤੋਂ 2000 ਤੋਂ ਸ਼ਾਂਤੀ ਮਿਲੀ ਆ ਜੱਤ ਤੋਂ ਮੈਂ ਤਾਂ ਇੱਕ ਜ਼ਰੂਰ ਕਹਿਣਾ ਅਕਾਲੀ ਗਵਰਨਮੈਂਟ ਪਹਿਲਾਂ ਬਿਲਕੁਲ ਹੋਤੀ ਪਰ ਅਕਾਲੀ ਸਰਕਾਰ ਜਦ ਤੱਕ ਰਹੀ ਆ ਸਾਨੂੰ ਫੋਰਸ ਨੇ ਕੁਛ ਨੇ ਕੁਛ ਨਹੀਂ ਕਿਹਾ ਜਦ ਤੱਕ ਅੰਗਰੇਜ਼ ਸਰਕਾਰ ਰਹੀ ਆ ਸਾਡੀ ਫੜੋਫੜਾਈ ਰਹੀ ਆ ਹੱਦ ਤੋਂ ਵੱਧ ਫੜੋਫੜਾਈ ਦੀ ਆ ਕਨਵੇਂਜਿਬਲ ਵਿੰਦਨ ਡੈੱਥ ਹੋਈ ਆ ਸਾਡੀ ਫੜੋਫੜਾਈ ਰਹੀ ਆ ਜ਼ਰੂਰ ਕਿਸੇ ਨੇ ਕੋਈ ਹੱਥ ਨਹੀਂ ਲਾਉਂਦਾ ਬਾਅਦ ਚ ਸਾਡੇ ਖੋਦ ਸਾਡੇ ਚੱਡੇ ਵੀ ਪਾੜੇ ਆ ਸਾਨੂੰ ਰੱਸਿਆਂ ਲੌਂਕੇ ਲਗਾ ਮੈਨੂੰ ਖੋਦ ਸਭ ਕੁਝ ਬਥੇਰੇ ਆ ਬਲਵਿੰਦਰ ਕਿੱਥੇ ਜਾ ਬਿੰਦਰ ਜੀ ਤਾਂ ਹੁੰਦਾ ਹੁਣ ਬਲਵਿੰਦਰ ਆਉਂਦਾ ਹੁਣ ਸਭ ਕੁਝ ਮਨ ਉਹ ਕਰਦੇ ਰਹੇ ਆ ਪਰ ਮੇਰੇ ਚੱਡੇ ਵੀ ਪਾੜੇ ਆ ਮੇਰਾ ਪੁੱਠਾ ਵੀ ਲੰਮਕਾਇਆ ਮਨੂੰ ਰਸੇ ਲੰਮਕਾ ਲਗਾਇਆ ਆਪਣਾ ਪੱਟਾ ਦੇ ਕਮਾਉਂਦੇ ਵੀ ਰਹੇ ਕੋਟਾਂ ਵੀ ਕਮਾਉਂਦੇ ਮੈਨੂੰ ਖੋਦ ਮੇਰੇ ਮੇਰੇ ਨਾਲ ਹੁੰਦੀ ਰਹੀ ਆ ਇੰਨਾ ਟੌਰਚਰ ਤੁਹਾਨੂੰ ਹੋਇਆ ਮਨੂੰ ਮਨੂੰ ਬਹੁਤ ਜ਼ਿਆਦਾ ਸਿਰ ਕੰਨ ਮੇਰੇ ਸਿੰਘ ਤੇ ਬਲਵਿੰਦਰ ਸਿੰਘ ਜਟਾਣਾ ਕਿੱਥੇ ਆ ਬਸ ਹਾਂਜੀ ਬਸ ਬਣਾ ਦੇ ਕੋਰਸ ਨੂੰ ਪਤਾ ਸੀ ਵੀ ਤੁਹਾਡਾ ਪਰਿਵਾਰ ਨਾਲ ਬਹੁਤ ਜ਼ਿਆਦਾ ਰਿਸ਼ਤੇ ਮੈਨੂੰ ਪੁਲਿਸ ਨੂੰ ਪਤਾ ਸੀਗਾ ਪੁਲਿਸ ਨੂੰ ਪਤਾ ਸੀਗਾ ਇਹ ਹਾਲਾਤ ਰਹੇ ਆ ਹੈਰਾਨਗੀ ਦੀ ਗੱਲ ਆ ਪਰ ਅਸੀਂ ਤਾਂ ਜਿੰਨੇ ਅਸੀਂ ਛੱਲੇ ਆ ਹੱਥ ਤੋਂ ਵੱਧ ਬਹੁਤ ਤਕਰੀਬਨ ਮੈਂ ਤਾਂ ਖੁਦ 15 ਸਾਲ ਤਾਂ ਮੈਨੂੰ ਪਤਾ ਵੀ ਮੈਂ ਇੱਥੇ ਦਾ ਛੱਲੇ ਆ ਚਲੋ ਚੂ ਪਰਮਾਤਮਾ ਕਰਦਾ ਬਹੁਤ ਵਧੀਆ ਕਰਦਾ ਠੀਕ ਆ ਜੋ ਠੀਕ ਆ ਵਧੀਆ ਰੋਟੀ ਖਾਂਦੇ ਆ ਬਹੁਤ ਵਧੀਆ ਪਰਿਵਾਰ ਮੇਰਾ ਦੋ ਲੜਕੇ ਇੱਕ ਲੜਕੇ ਬਹੁਤ ਸਿੱਖੀ ਸੁਰ ਗੱਲ ਰੋਟੀ ਦੀ ਵੀ ਕੱਲੀ ਨਹੀਂ ਗਈ ਸਰਦਾਰ ਬਲਵੀਰ ਸਿੰਘ ਜੀ ਗੱਲ ਇਹ ਹੈ ਵੀ ਅਸੀਂ ਆਪਣੀ ਅਣਖ ਨਾਲ ਜਿਉਣਾ ਚਾਹੁੰਦੇ ਆ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨਾ ਚਾਹੁੰਦੇ ਆ ਪਰ ਹੱਕਾਂ ਦੀ ਲੜਾਈ ਲੜਦੇ ਆ ਸਾਡੀ ਆਵਾਜ਼ ਵਿੱਚ ਆਵਾਜ਼ ਮਲਾਉਣ ਦੀ ਬਜਾਏ ਸਾਡੀ ਆਵਾਜ਼ ਨੂੰ ਖਤਮ ਕਰਨ ਵਾਲੇ ਪਾਸੇ ਹੀ ਕਿਉਂ ਤੁਰਿਆ ਜਾਂਦਾ ਸਵਾਲ ਤੇ ਇੱਥੇ ਆ ਜਾਂਦਾ ਆ ਅਤੇ ਇੱਕ ਹੋਰ ਜਾਣਕਾਰੀ ਹੈ ਬਲਵਿੰਦਰ ਜਟਾਣੇ ਦਾ ਪਰਿਵਾਰ ਖਤਮ ਕਰ ਦਿੱਤਾ ਗਿਆ ਇਹ ਗੱਲ ਬਲਵਿੰਦਰ ਜਟਾਣੇ ਨੇ ਖ਼ਬਰਾਂ ਦੇ ਵਿੱਚੋਂ ਪੜ੍ਹੀ। ਹੂੰ। ਉਸ ਤੋਂ ਬਾਅਦ ਕੋਈ ਪਤਾ ਲੱਗਾ ਵੀ ਬਲਵਿੰਦਰ ਜਟਾਣੇ ਨੇ ਕਿਹਾ ਹੋਵੇ ਵੀ ਆਪਾਂ ਐਕਸ਼ਨ ਕਰਨਾ ਹੈ। ਨਹੀਂ। ਬਲਵਿੰਦਰ ਦਾ ਜਾਂ ਪਰਿਵਾਰ ਦਾ ਇਹ ਪਹਿਲੇ ਉਹਦਾ ਉਸ ਸੀਗਾ ਵੀ ਕੁਝ ਨਹੀਂ ਕਰਨਾ। ਹੂੰ। ਵੀ ਉਹ ਉਹ ਇਹ ਗੱਲ ਤਾਂ ਪਹਿਲੇ ਹੀ ਕਹਿਦਾ ਸੀਗਾ ਕਹਿੰਦਾ ਦੇਖੋ ਇਹ ਪਤਾ ਹੀ ਕਹਿੰਦਾ ਉਹਦਾ ਮਨ ਨੂੰ ਵੀ ਕਹਿੰਦਾ ਤਾਂ। ਹੂੰ। ਕਹਿੰਦਾ ਇਹ ਨਾ ਸੋਚਿਓ। ਇਹ ਤਾਂ ਤੁਹਾਨੂੰ ਵੀ ਪੁਲਿਸ ਮਾਰ ਸਕਦੀ ਆ। ਅਸੀਂ ਤਾਂ ਬਾਹਰ ਪਕੋੜੇ ਹੋਈ ਫਿਰਦੇ ਬਾਹਰ ਫਿਰਦੇ ਆ ਤੁਹਾਨੂੰ ਸਾਡੇ ਪਰਿਵਾਰ ਨੂੰ ਵੀ ਮਾਰ ਸਕਦੀ ਆ। ਇਹ ਗੱਲ ਕਹਿੰਦਾ ਕੋਈ ਪਰੋਸ ਨਹੀਂ ਕਹਿੰਦਾ ਹਾਂਜੀ ਹਾਂ ਕਿ ਚੰਨੀ ਦਾ ਚੰਨੀ ਦੇ ਭਾਈ ਨੂੰ ਪਹਿਲਾਂ ਮਾਰ ਚੁੱਕੇ ਸੀਗੇ ਪੁਲਿਸ ਵਾਲੇ ਹੂੰ ਕਹਿੰਦਾ ਇਹ ਨਾ ਸੋਚੋ ਇਹ ਕੋਈ ਪਤਾ ਨਹੀਂ ਪਰ ਸ਼ਾਂਤ ਜੀ ਰਹੋ ਕਿਸੇ ਨਾ ਉਹ ਨਹੀਂ ਕਹਿੰਦਾ ਬਾ ਸ਼ਾਂਤੀ ਜੀ ਰਹੋ ਜੋ ਪਰਮਾਤਮਾ ਦਾ ਨਾਮ ਜਪਦੇ ਰਹੋ ਬਸ ਆਹੀ ਗੱਲ ਕਹਿੰਦਾ ਰਹੋ ਤੁਹਾਨੂੰ ਤੇ ਪਤਾ ਸੀ ਪਰਿਵਾਰਾਂ ਬਾਰੇ ਹਾਂਜੀ ਸਾਰੀ ਹਿਸਟਰੀ ਤੁਹਾਡੇ ਅੰਦਰ ਸੀ ਜਿਹੜੀ ਅੱਜ ਮੈਂ ਤੁਹਾਡੇ ਕੋਲੋਂ ਕਢਾ ਕੇ ਲੈ ਕੇ ਚੱਲੇ ਆਵਾ ਹਾਂਜੀ ਠੀਕ ਹੈ ਹੂੰ ਪਰ ਮੂਸੇ ਵਾਲੇ ਦੇ ਗਾਣੇ ਆਉਣ ਤੋਂ ਪਹਿਲਾਂ ਹਾਂਜੀ ਮੇਰੇ ਖਿਆਲ ਕੋ ਪੱਤਰਕਾਰ ਖਬਰ ਨਹੀਂ ਸੀ ਲਾਉਂਦਾ ਹੁੰਦਾ ਮੂਸੇ ਵਾਲੇ ਨੇ ਜਿਉਂ ਗਾਣੇ ਦੇ ਵਿੱਚ ਵੇਰਵਾ ਪਾਇਆ ਉਸ ਤੋਂ ਬਾਅਦ ਗੱਲ ਦੁਨੀਆ ਦੇ ਵਿੱਚ ਫੈਲ ਗਈ ਇਹਨੂੰ ਕਿਵੇਂ ਵੇਖਦੇ ਹੋ ਮੂਸੇ ਵਾਲੇ ਦੇ ਦੇਖੋ ਜੀ ਉਹ ਗਾਣੇ ਨੇ ਤਾਂ ਸਾਡਾ ਇੱਕ ਬਲਵਿੰਦਰ ਸਿੰਘ ਜਟਾਣਾ ਦਾ ਨਾਂ ਵੀ ਇੱਕ ਪਿੰਡ ਦਾ ਨਾਂ ਵੀ ਪਿੰਡ ਦਾ ਨਾਂ ਵੀ ਇਲਾਕੇ ਦਾ ਨਾਂ ਵੀ ਇੱਕ ਬਣਾਤਾ ਵੀ ਹਾਂ ਬਾਕੀ ਛੋਟੇ ਗਾਣੇ ਵਿੱਚ ਕੀ ਆ ਪਿੰਡ ਜਟਾਣਾ ਬਲਵਿੰਦਰ ਸਿੰਘ ਜਟਾਣਾ ਹੀ ਵਾਂ ਹੋਰ ਤਾਂ ਕੁਝ ਨਹੀਂ ਪਰ ਇੱਕ ਉਹ ਇੰਨੇ ਬੋਲਨੇ ਹੋ ਐਨਾ ਉੱਪਰ ਪਿੰਡ ਦਾ ਵੀ ਇਲਾਕੇ ਦਾ ਵੀ ਨਾ ਉੱਪਰ ਕਰਤਾ ਪਰ ਪਰਿਵਾਰ ਦਾ ਤਾਂ ਹੈ ਹੀ ਹੈ ਜੋ ਹੈ ਉਹ ਤਾਂ ਪਿੰਡ ਦਾ ਵੀ ਨਾ ਉੱਚ ਚੱਕਦਾ ਇੱਕ ਵਾਰ ਜੀ ਵੀ ਵਰਲਡ ਵਿੱਚ ਇੰਨੀ ਹੈ ਵਰਲਡ ਵਿੱਚ ਵਿਸ਼ਵ ਵਿੱਚ ਨਾਮ ਚੱਲ ਗਿਆ ਉਹਦੇ ਗਾਣੇ ਦੇ ਵਿੱਚ ਜੇ ਬਲਵਿੰਦਰ ਸਿੰਘ ਜਟਾਣੇ ਦਾ ਨਾਮ ਨਾ ਆਇਆ ਹੁੰਦਾ ਹਾਂਜੀ ਫੇਰ ਸ਼ਾਇਦ ਬਲਵਿੰਦਰ ਸਿੰਘ ਜਟਾਣਾ ਗੁਮਨਾਮ ਜਾ ਰਿਹਾ ਹੁੰਦਾ ਨਹੀਂ ਨਹੀਂ ਹੁੰਦਾ ਸੀ ਸਹੀ ਗੱਲ ਹੈ ਜੀ ਸਭ ਪੁੱਲ ਗਏ ਸੀਗੇ ਮੈਂ ਤਾਂ ਅਸੀਂ ਤਾਂ ਆਪਣੇ ਆਪਣੇ ਪਰਿਵਾਰ ਦਾ ਚਲੋ ਠੀਕ ਆ ਅਸੀਂ ਕਿ ਬਜ਼ੁਰਗ ਵੀ ਸਾਡੇ ਮੇਰੇ ਭਰਾ ਦੀ ਵੀ 8 9 ਜੂਨ ਦੀ ਸੀ ਦੀ ਆ ਬਾਕੀ ਬਲਵਿੰਦਰ ਮੇਰੇ ਬਜ਼ੁਰਗਾਂ ਦੀ ਆ ਜਿਹੜੀ ਉਹ ਉਹਨਾਂ ਦੀ ਡੈਥ ਹੋਈ ਦੀ ਸੰਨ 3 ਵਿੱਚ ਉਹਨਾਂ ਦਾ ਵੀ 8 ਜੂਨ ਆ ਅੱਛਾ ਉਹ ਕਾਰਨ ਕਰਕੇ ਅਸੀਂ ਸੀਦੀ ਅਸੀਂ ਇਕੱਠੇ ਮਨਾਉਂਦੇ ਹਾਂ ਸਾਰੇ ਪਰਿਵਾਰ ਦੇ ਪੂਰਾ ਅਸੀਂ ਅਸੀਂ ਹਰੇਕ ਸਾਲ ਜੱਤ ਹੋਏ ਬੰਦੇ ਲੋ ਵੀ 88 ਤੇ 34 ਸਾਲ ਹੋ ਗਏ 34 ਸਾਲ ਦੇ ਅਸੀਂ ਨਹੀਂ ਅੱਜ ਤੱਕ ਛੱਡੀ ਕੋਈ ਵੀ ਘਰ ਆਪਣਾ ਆਪਣੇ ਘਰੇ ਦਿਲ ਦੀਆਂ ਕਿਹ ਰਗੀਆਂ ਤੋਂ ਬੇਜਿ ਮਾਡਾ ਧੰਨਵਾਦੀਆਂ ਬਹੁਤ ਬੜੇ ਸੋਹਣੇ ਸੁਚੇਜੇ ਢੰਗ ਦੇ ਵਿੱਚ ਤੁਸੀਂ ਜਟਾਣਾ ਪਰਿਵਾਰ ਬਾਰੇ ਜਾਣਕਾਰੀਆਂ ਦਿੱਤੀਆਂ ਨੇ ਫਿਰ ਵੀ ਸਮੇਂ-ਸਮੇਂ ਤੇ ਤੁਹਾਡੇ ਕੋਲ ਜਾਣਕਾਰੀਆਂ ਅਸੀਂ ਲੈਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਇਹ ਸੰਸਕਰਦਾਰ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਬਲਵਿੰਦਰ ਸਿੰਘ ਜਟਾਣਾ ਅਤੇ ਉਹਨਾਂ ਦੇ ਪਰਿਵਾਰ ਦਾ ਹੱਥੀ ਸੰਸਕਾਰ ਕੀਤਾ ਡੇਡ ਬੋਡੀ ਆਪ ਚੁੱਕੀਆਂ ਆਪ ਸ਼ਮਸ਼ਾਨ ਘਾਟ ਵਿੱਚ ਲੈ ਕੇ ਗਏ ਆਪ ਲੱਕੜਾਂ ਚਿਣੀਆਂ ਤੇ ਉਹ ਸਾਰੇ ਪਰਿਵਾਰ ਦਾ ਸੰਸਕਾਰ ਕੀਤਾ ਅੱਜ ਉਸ ਸ਼ਖਸ ਮੈਂ ਕੈਮਰੇ ਦੇ ਅੱਗੇ ਲੈ ਕੇ ਆਇਆ ਜਟਾਣਾ ਪਰਿਵਾਰ ਦੇ ਵਿੱਚ ਸਮਾਂ ਵੀ ਕਾਫੀ ਹੋ ਗਿਆ ਰਾਤ ਪੈ ਚੁੱਕੀ ਹੈ ਇਸ ਘਰ ਦਾ ਪ੍ਰਸ਼ਾਦਾ ਮੇਰੇ ਮੁਕੱਦਰਾਂ ਦੇ ਵਿੱਚ ਸੀ ਪੋਸ਼ਾਕੇ ਜਾ ਰਿਹਾ ਮੈਂ ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ